ਮੇਰਾ ਨਾਮਜੀਤ ਖਾਰੇ ਜੀ ਸੌਦੀਰਬ 45 ਸਾਲ ਤੋਂ ਰਹਿੰਦਾ ਹਾਂ ਬਰਨਾਲੀ ਦਾ ਮੈਂ ਰਹਿਣੇ ਵਾਲਾ ਹਾਂ ਬਰਾਦਰੀ ਗੁਜਰਬਾਦੀ ਦਾ ਮੇਰਾ ਤਲਕ ਹੈ 45 ਸਾਲ ਤੋਂ ਸੌਦੀਰਬ 'ਚ ਰਹਿੰਦੇ ਹਾਂ ਜਨਾਬ ਤੇ ਇਹਨਾਂ ਨਾਲ ਇਖਤਿਲਾਫ ਛੋਟੇ ਜਿਹੇ ਲੈਣ ਦੇ ਤੂੰ ਹੋਇਆ ਸੀ ਛੋਟੇ ਜਿਹੇ ਲੈਣ ਦੇ ਤੂੰ ਉੱਥੇ 20-25 ਬੰਦਿਆਂ ਨੇ ਸਾਡਾ ਪਿੰਡ ਦੇਆਂ ਬੰਦਿਆਂ ਨੇ ਰਾਜ਼inama ਕਰਾਇਆ ਸੀ ਰਾਜ਼inama ਹੋ ਗਿਆ ਦੁਆ ਖੈਰ ਹੋ ਗਈ ਜਫੀਆਂ ਪੈ ਗਈਆਂ ਅਸੀਂ ਉਸ ਤੋਂ ਬਾਅਦ ਪਾਕਿਸਤਾਨ ਆਏ ਹਾਂ ਇਹ ਜਿਹੜਾ ਜੀ ਮੁਹੰਮਦ ਅਸ਼ਰਫ ਇਹਨਾਂ ਦੇ ਭਰਾ ਨਾਲ ਇਖਤਲਾਫ ਹੋਇਆ ਸੀ ਇਹਨੇ ਨਾਲ ਬੰਦੇ ਨਾਲ ਲੈ ਬੰਦੇ ਲੈ ਕੇ ਸਾਡਾਂ ਨੇ ਹਮਲਾ ਕੀਤਾ ਤੇ ਚਾਚੇ ਦਾ ਪੁੱਤਰ ਕਤਲ ਹੋਇਆ ਉਸ ਤੋਂ ਬਾਅਦ ਇਹਨਾਂ ਦਾ ਇੱਕ ਬੰਦਾ ਬੱਚਾ ਕਤਲ ਹੋਇਆ ਸੀ ਉਹਦੇ 'ਚ ਮੈਂ ਮਲਵਸ ਨਹੀਂ ਹਾਂ ਕਿਸੇ ਹੋਰ ਪਾਰਟੀ ਨੇ ਜਾਂ ਹੋਰ ਬੰਦਿਆਂ ਨੇ ਕੀਤਾ ਸਾਡੇ ਵੀ ਬੰਦੇ ਪਰਚੇ 'ਚ ਪਾ ਲਏ ਕੋਰਟ 'ਚ ਉਹ ਬਰੀ ਹੋ ਗਏ ਸਨ ਉਹਨਾਂ ਨੇ ਕਤਲ ਜ਼ਮੀਨਾਂ ਲੱਗਾ ਲੇਕਿਨ ਫੇਰ ਵੀ ਜਦੋਂ ਇਹਨਾਂ ਦੀ ਮਾਮੀ ਜਿਹਦਾ ਬੱਚਾ ਕਤਲ ਹੋਇਆ ਸੀ ਉਹਦੀ ਮੰਮੀ ਸੋਦੀਰ ਬੁਮਰਾ ਕਰਨ ਗਈ ਅਸੀਂ ਰਿਕੁਐਸਟ ਕੀਤੀ ਵਾ ਖਾਣੇ ਕਾਬਜ ਬੈ ਕੇ ਸਾਨੂੰ ਤੂੰ ਮਾਫੀ ਦੇ ਦੇ ਜੇ ਤੇਰਾ ਸੀ ਗੁਲਜ਼ਾਮ ਸਾਡੇ ਤੇ ਆਏ ਸਾਨੂੰ ਤੂੰ ਮਾਫੀ ਦੇ ਦੇ ਇਹਨਾਂ ਨੇ ਸਾਡੇ ਨਾਲ ਮਾਫੀ ਸਾਨੂੰ ਉੱਥੇ ਵੀ ਨਹੀਂ ਦਿੱਤੀ ਜਦੋਂ ਮੈਂ ਹੁਣ ਪਾਕਿਸਤਾਨ 9 ਸਾਲ ਬਾਅਦ ਜਨਾ ਮੈਂ ਪਾਕਿਸਤਾਨ ਆਇਆ ਹਾਂ ਇਹਨਾਂ ਨੇ ਸਾਡੇ ਤੇ ਦੋ ਪਰਚੇ ਮੇਰੇ ਤੇ ਜੈਲੀ ਨਜਾਇਜ਼ ਕਰਾਏ ਨੇ ਜੀ 302 ਦੇ ਉਹਦੇ ਪਰਚੇ ਚ ਪੁਲਿਸ ਨੇ ਮੈਨੂੰ ਬੇਗਨਾ ਲਿਖਿਆ ਫਿਰ ਇਹਨੇ ਇਸ ਬੱਚੇ ਇਸ ਬੰਦੇ ਨੇ ਮੁਹੰਮਦ ਅਸ਼ਰਫ ਵਲ ਜਲਾਲ ਖਾਨ ਨੇ ਜਿੰਨੇ ਅਦਾਲਤ ਵਿੱਚ ਖਲੋ ਕੇ ਜੱਜ ਸਾਹਿਬ ਦੇ ਸਾਹਮਣੇ ਇਤਰਾਫ ਕੀਤਾ ਵੇ ਕਿ ਮੇਰੇ ਇਹ ਮਲਜ਼ਮ ਨਹੀਂ ਮੈਂ ਪਰਚਾ ਨਹੀਂ ਕਰਾਇਆ ਇਹਨੇ ਇਤਰਾਫ ਕੀਤਾ ਵੇ ਕਿ ਮੇਰਾ ਜਿਹੜਾ ਮਾਮੇ ਦਾ ਪੁੱਤਰ ਫਰਮਾਨ ਅਲੀ ਕਤਲ ਹੋਇਆ ਸੀ ਉਹ ਪਰਚਾ ਮੈਂ ਨਹੀਂ ਕਰਾਇਆ ਜਨਾਬ ਇਹ ਮੇਰੇ ਮਲਜ਼ਮ ਹੀ ਨਹੀਂ ਫਿਰ ਵੀ ਇੱਕ ਬਰ ਪਰਚਾ ਇਹਨੇ 120 ਬੀ ਦਾ ਮੇਰੇ ਤੇ ਜੈਲੀ ਕਰਾਇਆ ਉਹ ਵੀ ਕੋਰਟ ਚ ਖਲੋ ਕੇ ਉਸ ਪਰਚੇ ਤੋਂ ਵੀ ਦਸਤਬਰਦਾਰ ਹੋ ਗਿਆ ਵੇ ਇਹ ਮੁਹੰਮਦ ਅਸ਼ਰਫ ਜਿਹੜਾ ਮੈਂਬਰ ਏ ਯੂਨੀਅਨ ਕੌਂਸਲ ਦਾ ਮੈਂਬਰ ਵੀ ਏ ਸਿਆਸਤ ਨਾਲ ਦਾ ਤੱਲਕ ਵੀ ਏ ਫੇਰ ਇਹਨਾਂ ਜਾ ਕੇ ਅਦਾਲਤ ਵਿੱਚ ਖਲੋ ਕੇ ਕਿਹਾ ਜੀ ਮੈਂ ਇਸ ਪਰਚੇ ਤੋਂ ਦਸਤਬਰਦਾਰ ਹਾਂ ਐਨਾ ਖਰਚਾ ਮੇਰਾ ਕਰਾ ਕੇ ਮੈਂ ਇਹਤੇ ਚਾਹਨਾ ਕਿ ਮੈਂ ਦੇ ਤੇ ਰਜਾਨੇ ਦਾ ਕੇਸ ਵੀ ਕਰਾਂ ਇਹ ਨਾਮ ਨੇ ਮੈਨੂੰ ਖਰਾਬ ਕੀਤਾ ਵੇ ਇਹ ਨਾਮ ਨੇ ਇਹਨੇ ਪਰੇਸ਼ਾਨ ਕੀਤਾ ਵੇ ਮੇਰਾ ਨਜਾਇਜ਼ ਪੈਸੇ ਨੇ ਖਰਚ ਕਰਵਾਏ ਨੇ ਮੇਰਾ ਕਾਰੋਬਾਰ ਸੌਦਿਆ ਜਿਸ ਬੰਦੇ ਦੀ ਵਜ੍ਹਾ ਤੋਂ ਖਰਾਬ ਹੋ ਜਾਵੇ 10-15 ਕਰੋੜ ਦਾ ਮੇਰਾ ਨੁਕਸਾਨ ਇਸ ਬੰਦੇ ਨੇ ਕਰਾਇਆ ਵੇ ਨਜਾਇਜ਼ ਫਿਰ ਕਰਾ ਕੇ ਤੇ ਫਿਰ ਤਰਾਫ ਵੀ ਕਰਦਾ ਕਿ ਮੈਂ ਮੈਂ ਜੀ ਇਸ ਪਰਚੇ ਤੋਂ ਦਸਤਬਰਦਾਰ ਹੋ ਨਾ ਵਾਂ ਫਿਰ ਮੈਂ ਜਦੋਂ ਪਾਕਿਸਤਾਨ ਆਇਆ ਮੇਰੇ ਅਜ਼ੀਜ਼ ਨੇ ਮੁਰਾਲਾ ਤੇ ਫਖਰ ਫਖਰ ਨਾ ਆਇਦਾ ਉਹ ਭਰਾਵਾਂ ਨੂੰ ਨਾਲ ਲੈ ਕੇ ਉਦੇ ਭਰਾ, ਉਹਦੇ ਮਾਮੇ ਸਾਰੇ ਇਕੱਠੇ 25 ਬੰਦੇ ਲੈ ਕੇ ਇਸ ਮੁਹੰਮਦ ਅਸ਼ਰਫ ਕੋਲੇ ਗਏ ਨੇ ਕਿ ਤੁਸੀਂ ਯਾਰ ਰਾਜ਼ੀਨਾਵਾ ਕਰ ਲੋ ਇਹਨੇ ਉਹਨਾਂ ਦੀ ਗੱਲ ਨਹੀਂ ਮੰਨੀ ਇਹ ਆਖਿਆ ਮੈਂ ਰਾਜ਼ੀਨਾਵਾ ਨਹੀਂ ਕਰਨਾ। ਉਹ ਬੰਦੇ ਬਾ ਇੱਜ਼ਤ ਮੋਤਬਰ ਸ਼ਖਸੀਅਤ ਇਹਦੇ ਘਰ ਜਨਾਬ ਗਏ ਨੇ ਉਹਨਾਂ ਜਾ ਕੇ ਆਖਿਆ ਵੀ ਤੁਸੀਂ ਰਾਜ਼ੀਨਾਵਾ ਕਰੋ ਇਹਨੇ ਰਾਜ਼ੀਨਾਵਾ ਨਹੀਂ ਕੀਤਾ। ਇਹ ਅਗਲੇ ਦਿਨ ਦੀ ਗੱਲ ਏ ਮੇਰੇ ਮੇਰੀ بیوی, ਮੇਰਾ ਬੱਚਾ ਮੈਂ ਖੁਦ ਅਸੀਂ ਗੁਜਰਾਤ ਸ਼ਾਪਿੰਗ ਦੇ ਮਸਲੇ 'ਚ ਗਏ ਆ। ਵਾਪਸੀ ਤੇ ਆਏ ਜਨਾਬ ਇਹਨਾਂ ਥੜਾ ਦੇ ਕੇ ਮੁਹੰਮਦ ਅਸ਼ਰਫ ਨੇ ਇਹਦਾ ਦੋ ਭਤੀਜੇ ਨੇ ਵਕਾਸ ਉਹਦਾ ਇੱਕ ਭਤੀਜਾ ਸ਼ਹਾਜ਼ਾਦ ਅਨਵਰ ਇੱਕ ਭਰਾ ਇਹਦਾ ਅਸਲਾ ਮੈਂ ਨਾ ਕਲਸ਼ਨ ਕੋਫਾ ਦੇ ਸਾਡੇ ਤੇ ਜਨਾਬ ਬ੍ਰਸਟ ਮਾਰੇ ਨੇ ਮੇਰੀ ਗੱਡੀ ਦੱਸਦੀ ਹੈ ਵੀ ਬਾਹਰੋਂ ਬ੍ਰਸਟ ਵੱਜੇ ਨੇ ਸੱਜੇ ਪਾਸਿਓਂ ਬ੍ਰਸਟ ਮਾਰੇ ਨੇ ਖੱਬੇ ਪਾਸਿਓਂ ਵੀ ਮਾਰੇ ਨੇ ਅੱਗੂ ਵੀ ਮਾਰੇ ਨੇ ਇਹ ਅੱਲਾਹ ਪਾਕ ਨੇ ਸਾਨੂੰ ਬਚਾਇਆ ਜੇ ਅਸੀਂ ਬਿਲਕੁਲ ਹੋਰੇ ਅੱਲਾਹ ਪਾਕ ਨੇ ਇਹ ਮੇਰੇ ਬੱਚੇ ਦੇ ਗੋਲੀ ਲੱਗੀ ਹੈ ਜਨਾਬ ਤੁਸੀਂ ਇਹ ਵੇਖ ਸਕਦੇ ਹੋ ਇਹਦੀ ਗੋਲੀ ਦੇ ਇਹਦੇ ਲੱਗੀ ਹੈ ਡਾਕਟਰ ਨੇ ਅਜੇ ਇਹਦੀ ਗੋਲੀ ਇਹਦੇ ਵਿੱਚ ਉਹਨੇ ਸੀ ਇਹਨੂੰ ਹਸਪਤਾਲ ਖੜ ਕੇ ਗੋਲੀ ਕਢਾਵਾਂਗੇ ਉਹ ਜੋ ਖਰਚਾ ਆਵੇਗਾ ਉਹ ਸਾਨੂੰ ਪਤਾ ਜਿੰਨਾ ਵੀ ਖਰਚਾ ਆਉਣਾ ਹੈ ਲੇਕਿਨ ਇਸ ਬੰਦੇ ਨੇ ਸਾਡੇ ਨਾਲ ਫਿਰ ਜ਼ਿਆਤੀ ਕੀਤੀ ਹੈ ਫੇਰ ਜਿਆਤੀ ਕੀਤੀ ਏ ਉਣ ਫੇਰ ਸਾਨੂੰ ਖਤਰਾ ਹੋਵੇ ਸਾਨੂੰ ਫੇਰ ਖਤਰਾ ਹੋਵੇ ਸਾਡੇ ਦੇ ਬਜ਼ੁਰਗ ਇਹ ਅਮਲਾ ਕਰੇਗਾ ਇਹ ਇਹਦੇ ਤਲਕਾਤ ਨੇ ਬਦਮਾਸ਼ਾਂ ਨਾਲ ਇਹ ਜੇਲਾਂ ਦੇ ਆ ਬੰਦਿਆਂ ਨਾਲ ਸਿਆਸੀ ਤਲਕਾਤ ਨੇ ਇਹਦੇ ਵਸੀਹ ਤਲਕਾਤ ਨੇ ਥਣੇਦਾਰਾ ਨਾਲ ਇਹਦੇ ਵੱਲ ਤਲਕਾਤ ਨੇ ਅਸੀਂ ਤੇ ਬਾਹਰ ਰਹਨੇ ਆ 45 ਸਾਲ ਤੋਂ 사우ਦੀ ਅਰਬ ਚ ਆ ਇਹ ਨੌਂ ਸਾਲਾਂ ਬਾਅਦ ਆਇਆ ਸਾਡੀ ਕਿੰਨੀ ਵੀ ਤਲਕਾਤ ਥਾਣਿਆਂ ਵਿੱਚ ਹੋਣਗੇ ਅਸੀਂ ਕਿੰਨੇ ਕੁ ਲੋਕਾਂ ਨੂੰ ਜਾਣਦੇ ਹਾਂ ਆਉਂਦੇ ਮੇਰਾ ਬੱਚਾ 20 ਸਾਲ ਬਾਅਦ ਪਾਕਿਸਤਾਨ ਆਇਆ ਪਹਿਲੀ ਵਾਰੀ ਆਇਆ ਇਹ ਛੋਟਾ ਜਿਹਾ ਸੀ ਤੇ ਮੈਨੂੰ 사우ਦੀ ਅਰਬ ਲੈ ਕੇ ਗਿਆ ਉਹਨੇ 20 ਸਾਲਾਂ ਬਾਅਦ ਆਇਆ ਤੇ ਅਸੀਂ ਆਪਣੀ ਆਜ਼ਾਦਾਨਾ ਜ਼ਿੰਦਗੀ ਨੂੰ ਪਾਕਿਸਤਾਨ ਚ ਆਏ ਆ ਇੰਜੋਏ ਕਰਨੇ ਆ ਫੇ ਗੁਜਰਾਤ ਗਏ ਆ ਇਹਦੀ ਅਮੀ ਨਾਲ ਮੈਂ ਨਾਲ ਮੈਂ ਗੱਡੀ ਚ ਲਾਣਾ ਪਿਆ ਮੇਰੇ ਨਾਲ ਬੈਠੇ ਆ ਮੋੜ ਸੀ ਜਾਮਣਿਆ ਪੇ ਆਜ਼ਾਦਾਨਾ ਜ਼ਿੰਦਗੀ ਸਾਡਾ ਮੁਲਕ ਇਹ ਫਿਰਨ ਵਾਸਤੇ ਅਸੀਂ ਆਏ ਆ ਤੇ ਇਹਨਾਂ ਨੇ ਜਨਾਬ ਸਾਡਾ ਇੱਥੇ ਥੜਾ ਦੇਖ ਕੇ ਗੰਜਾ ਪਿੰਡ ਦੇ ਵਿੱਚ ਤੇ ਸਾਡੇ ਤੇ ਫਾਇਰਿੰਗ ਕਰ ਦਿੱਤੀ ਤੇ ਕੋਪਾ ਨਾਲ ਕਰ ਦਿੱਤੀ ਇਹ ਵੇਖੋ ਤੁਸੀਂ ਗੱਡੀ ਵੇਖ ਲਵੋ ਅੱਲਾ ਪਾਕ ਨੇ ਸਾਨੂੰ ਜਿਹੜਾ ਨਾ ਇਹ ਇਹ ਮੋਸਜਾਨਾ ਤਰੀਕੇ ਨਾਲ ਅੱਲਾ ਪਾਕ ਸਾਨੂੰ ਬਚਾਇਆ ਵੇਖੋ ਇਹ ਖਾਨੇ ਕਾਬੇ ਦੀਆਂ ਬਰਕਤਾਂ ਰੋਜ਼ਾ ਰਸੂਲ ਦੀਆਂ ਬਰਕਤਾਂ ਸੀ ਉੱਥੇ ਉਹਨਾਂ ਦੇ ਖਾਦਮਾਂ ਖਾਨੇ ਕਾਬੇ ਦੇ ਉਹਦੇ ਤਫੈਲ ਜਨਾਬ ਸਾਨੂੰ ਅੱਲਾ ਪਾਕ ਨੇ ਅਜੇ ਤੱਕ ਪੁਲਿਸ ਨੇ ਕੋਈ ਬੰਦਾ ਗ੍ਰਿਫਤਾਰ ਨਹੀਂ ਕੀਤਾ ਯਾਨੀ ਕਿੰਨੇ ਦਿਨ ਹੋ ਗਏ ਨੇ ਅਜੇ ਤੱਕ ਕੋਈ ਖਬਰ ਪੁਲਿਸ ਵੱਲੋਂ ਨਹੀਂ ਆਈ ਤਿੰਨ ਦਿਨ ਹੋ ਗਏ ਨੇ ਮੇਰਾ ਮਤਲਬ ਤਿੰਨ ਦਿਨ ਹੋ ਗਏ ਨੇ ਅਜੇ ਤੱਕ ਪੁਲਿਸ ਨੇ ਕੋਈ ਬੰਦਾ ਗ੍ਰਿਫਤਾਰ ਨਹੀਂ ਕੀਤਾ ਔਰ ਕੋਈ ਹੁੰਦਾ ਨਾ ਕਿ ਉਹਦੇ ਮਤਬਦਲ ਬੰਦਾ ਪੁਲਿਸ ਦਾ ਕੋਈ ਫੜ ਲਿਆ ਹੋਵੇ ਵੀ ਇਹ ਲਿਆਓ ਆਪਣੇ ਮੁਲਜ਼ਮ ਤੇ ਆ ਲੈ ਜਾਓ ਨਹੀਂ ਉਹ ਵੀ ਅਜੇ ਤੱਕ ਕੋਈ ਫੈਸਲਾ ਨਾ ਅਜੇ ਤੱਕ ਮੈਨੂੰ ਕਿਸੇ ਪੁਲਿਸ ਵਾਲੇ ਨੇ ਫੋਨ ਵੀ ਨਹੀਂ ਕੀਤਾ ਕਿ ਅਸੀਂ ਜਨਾਬ ਤੁਹਾਡਾ ਬੰਦਾ ਫੜ ਲਿਆ ਵੇ ਜਾਂ ਅਸੀਂ ਕੋਸ਼ਿਸ਼ ਕਰਾਂਦੇ ਜਾਂ ਸਾਡੇ ਨਾਲ ਉਹਨਾਂ ਨੇ ਵਾਅਦਾ ਵੀ ਨਹੀਂ ਕੀਤਾ ਕਿ ਅਸੀਂ ਆ ਸ਼ਾਮ ਨੂੰ ਜਾਂ ਕੱਲ ਤੁਹਾਨੂੰ ਬੰਦੇ ਫੜ ਕੇ ਤੇ ਦੱਸਾਂਗੇ